ਬਾਈ ਜੀ ਸਾਡੇ ਅਸੀਂ ਬਹੁਤ ਦੁਖੀ, ਸਾਡੀ ਕਦੇ ਕੋਈ ਫਰਿਆਦ ਨਹੀਂ ਹੋਈ, ਸਾਡੀ ਸਾਰੀ ਕਣਕ ਸਾਰੇ ਪਿੰਡ ਦੀ ਖਤਮ ਹੋ ਗਈ। ਸਾਡਾ ਹੁਣ ਕੋਈ ਮੁਆਵਜ਼ੇ ਦੇ ਵੀ ਅਸੀਂ ਨੇੜੇ ਹੁੰਦੇ, ਸਾਡੀ ਗੁਰਦੌਰੀ ਬਾਅਦ ਚ ਹੋਈ ਹੈ ਜੀ। ਹੁਣ ਅਸੀਂ ਮਸ਼ੀਨਾਂ ਲੈਣ ਪੜਾਈ ਕਿ ਫੜ ਗਿਆ ਜਮੈਂਟ ਕਰ ਬਣੇ ਨੇ ਜੀ। ਮੈਂ ਜਿਹੜੀ ਮੁਲਾਜ਼ਮਾਂ ਨੇ ਆਪਦੀ ਜਿਹੜੀ ਚੁੱਪ ਕਰਕੇ ਕਰ ਲਈ ਸੀ, ਉਹਨਾਂ ਨੇ ਪਹਿਲਾਂ ਕਰ ਲਈ ਸੀ, ਉਦੋਂ ਬਾਅਦ ਕਾਸ਼ਤਕਾਰਾਂ ਵਾਲੀ ਦੁਬਾਰੇ ਨਹੀਂ ਬਾਈ ਜੀ। ਅਸੀਂ 9 ਦਿਨ 10 ਦਿਨ ਹੋ ਕੇ ਧਰ ਲਾ ਕੇ ਸੋਰ ਦਾ ਕਰ ਲਈ ਕੇ ਤੁਹਾਡੇ ਫਾਦਰ ਸਾਹਿਬ ਖੇਤੀਬਾੜੀ ਮੰਤਰੀ ਬੀਬੂ ਨਵੇਂ ਦਿਨ ਸਹੁਰਾ ਕੁਛ ਕਣਕ ਦੀ ਗਰਦੌਰੀ ਦਾ ਪਿਛਲੀ ਕਿਸਾਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ, ਕਿਸਾਨਾਂ ਨੂੰ ਬੀਜ ਜਿਵੇਂ ਬਾਈ ਕਹਿੰਦਾ ਬਣਾ ਲਾ, ਮੈਂ ਉਹਨਾਂ ਨੂੰ ਜਿਵੇਂ ਕਿਹਾ ਵੀ 31 ਮਾਰਚ ਤੋਂ ਪਹਿਲਾਂ ਤੁਹਾਡਾ ਹੱਲ ਹੋ ਜਾਊਗਾ, ਵੀ ਮੈਂ ਮੂਹਰੋਂ ਪੁੱਛ ਕੇ ਤੁਹਾਨੂੰ ਦੱਸਿਆ। ਦੂਜੀ ਵਾਰ ਜਦੋਂ ਮੈਂ ਗਿਆ, ਮੈਂ ਉਹਨਾਂ ਦੇ ਕੋਲ ਖੜੇ ਨੇ, ਮੈਂ ਕਿਹਾ ਵੀਰੇ ਮੈਨੂੰ ਮੂਹਰੋਂ ਇਹ ਜਵਾਬ ਆਇਆ, ਤੁਸੀਂ ਦੱਸੋ ਆਪਾਂ ਕੀ ਗੱਲ ਰੱਖੀ। ਉਹ ਕਹਿੰਦੇ ਕੋਈ ਨਾ, ਅਸੀਂ ਇੱਥੇ ਬੈਠੇ ਹਾਂ, ਅਸੀਂ ਉੱਠ ਨਹੀਂ ਸਕਦੇ, ਸਾਡੀ ਕਮਿਟਮੈਂਟ ਹੈ। ਮੈਂ ਕਿਹਾ ਜੀ ਆਇਆਂ ਨੂੰ ਹੈ, ਜੇ ਮੇਰਾ ਕੋਈ ਹੋਰ ਸਹਿਯੋਗ ਚਾਹੀਦਾ, ਕੋਈ ਦੁੱਧ ਚਾਹ ਪਾਣੀ, ਪਰ ਮੈਂ ਤੁਹਾਨੂੰ ਇਹ ਕਹਿੰਦਾ ਵੀ ਅਗਲੇ ਦਿਨ ਤੁਸੀਂ ਨਾ ਗਲੋ, 19 ਤਰੀਕ ਨੂੰ ਤੁਹਾਡਾ ਪ੍ਰਬੰਧ ਹੋ ਜੂ। ਅਗਲੇ ਦਿਨ ਮਾ ਕੇ ਉਹਨਾਂ ਨੂੰ ਲਿਸਟਾਂ ਦੱਸ, ਧਰਨਾ ਲਾਈ ਰੱਖਿਆ ਖੁਸ ਵਾਲੇ ਨੇ, ਅਗਰਾਹ ਵਾਲੇ ਹੁਣ ਉੱਥੇ ਬੈਠੇ ਆ, ਚਲੋ ਉਹ ਵੀ ਸਾਡੇ ਭੈਣ ਭਰਾ, ਅਸੀਂ ਵੀ ਉਹਨਾਂ ਦੀ ਹਨਾ, ਇੱਕ ਦੂਜੀ ਯੂਨੀਅਨ ਨਾਲ ਚਲੋ ਅੱਡ ਤੁਰੇ ਫਿਰਦੇ, ਤੇ ਉੱਥੇ ਕਿਹੜਾ ਵੀ ਨਿਆਂ ਹੋ ਗਿਆ ਜੀ, ਉਹਨਾਂ ਨੂੰ ਢੂੰਗਾ ਲਗੜਾਈ ਜਾਂਦੇ ਨੂੰ ਇੰਨੇ ਦਿਨ ਹੋ ਗਏ। ਪਿੰਡਾਂ ਮੇਰੇ ਅਸੀਂ ਸਰਦਾਰਗੜ੍ਹ ਪਿੰਡ ਆਉਂਦੇ ਹਾਂ, ਅਸੀਂ ਅੱਜ ਹੈ ਨੀ ਸੀ, ਅਸੀਂ ਹੁਣ ਜਥੇਬੰਦੀ ਨੂੰ ਫੋਨ ਇਸ ਕਰਕੇ ਤੁਹਾਡਾ ਕੋਲ ਚਾਰ ਤਰੀਕ ਦੇ ਅਸੀਂ ਬੈਠੇ, ਪਰਸੋਂ ਖੁੱਡੀਆਂ ਸਾਹਿਬ ਆਏ ਸੀ, ਕਚਹਿਰੀਆਂ ਵਕੀਲਾਂ ਨੇ ਮੀਟਿੰਗ ਸੀ, ਉਹ ਵੀ ਮੀਟਿੰਗ ਦੇ ਕੇ ਮੁੜ ਗਏ। ਆਹ ਛਤਰਾਂ ਪਿੰਡ ਸਮੇਤ 26 ਪਿੰਡਾਂ ਦਾ ਨੁਕਸਾਨ ਚੰਨੀ ਸਾਹਿਬ ਨੇ 82 ਦਿਨ ਸਰਕਾਰ ਸਾਂਭੀ ਸੀ, 17,000 ਕਿੱਲੇ ਦਾ ਕਿੱਲੇ ਦਾ ਤੁਹਾਡੇ 2 ਸਾਲ ਆਇਆ ਨੀ ਸੀ ਹਾਂ।
ਜਵਾਬ ਦਿੱਤਾ ਵੀਰੇ ਨੇ ਕਹੀ ਮੈਂ ਵੀਰੇ ਦਾ ਦਿੱਤਾ ਵੀਰੇ ਹੋਰ ਗੱਲ ਜਵਾਬ ਦਿੱਤਾ ਬਾਈ ਨੇ ਹੋਰ ਗੱਲ ਛੇੜ ਲਈ ਮੈਂ ਉਹਦਾ ਫਿਰ ਇਹਦਾ ਮਤਲਬ ਇਹ ਮੈਂ ਤਾਂ ਦੇਈ ਜਾਂਦਾ ਨਹੀਂ ਇਤਰਾਜ ਕੋਈ ਨਹੀਂ ਸੀ ਬਾਈ ਨਹੀਂ ਪਰ ਇਤਰਾਜ ਤਾਂ ਮੈਂ ਇਤਰਾਜ ਯੋਗ ਆ ਮੈਂ ਤਾਂ ਤੁਹਾਡੇ ਤੋਂ ਮਾਫੀ ਮੰਗਦਾ ਇਤਰਾਜ ਆ ਭਰਾ ਪਰ ਐਂ ਤਾਂ ਨਹੀਂ ਨਾ ਹੁਣ ਬਾਈ ਮਾਰਕ ਜਣੇ ਦਾ ਜਵਾਬ ਨਹੀਂ ਮੈਂ ਮਾਫੀ ਜਲਦੀ ਵਿੱਚੋਂ ਕੱਟ ਕੇ ਸਾਡੇ ਮੁੱਦੇ 5-6 ਜਰੂਰ ਅੰਕਲ ਮੈਂ ਤਾਂ ਤੁਹਾਡਾ ਜਮਾ ਦੇਣਦਾਰ ਹਾਂ ਜੀ ਤਲਵੰਡੀ ਬਲਾਕ ਮੈਂ ਤਾਂ ਗੱਲ ਦੀ ਇੱਥੇ ਗੱਲ ਕਰ ਰਿਹਾ ਤਲਵੰਡੀ ਬਲਾਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦਾ ਮੁੱਦਾ 1 ਸਾਲ ਪਹਿਲਾਂ ਡੀਸੀ ਨੇ ਸਾਨੂੰ ਲਿਖਤ ਰੂਪ ਵਿੱਚ ਦਿੱਤਾ ਹੋਇਆ ਡੀਸੀ ਹੁਣ ਆਨਾ ਕਾਨੀ ਕਰਦਾ ਹੁਣ ਭਜਦਾ ਤਦੋਂ ਨਵਾਂ ਗੈਸ ਪੈਪ ਦਾ ਤੇਲ ਵਾਲੀ ਪੈਪ ਦਾ ਤੇ ਪਾਣੀ ਵਾਲੀ ਪੈਪ ਤਲਵੰਡੀ ਬਲਾਕ ਚ ਸ਼ਾਇਦ ਇੱਥੇ ਹੀ ਪਈ ਆ ਪੈਪ ਇੱਥੇ ਹੀ ਪਾਣੀ ਨਹੀਂ ਪਹੁੰਚਦਾ ਉੱਧਰ ਤਾਂ ਜਮਾ ਹੀ ਨਹੀਂ ਪਹੁੰਚ ਰਿਹਾ ਨਹੀਂ ਫਿਰ ਆਪਾਂ ਕਿਉਂ ਗੱਲ ਕਰੀਏ ਜਿਹੜੇ ਐਤਕੀ ਹੋਇਆ ਸੀਗਾ ਵੈਸੇ ਮੈਨੂੰ ਜੋ ਲੱਗਦਾ ਹੋ ਸਕਦਾ ਤੁਹਾਡੀ ਗੱਲ ਤੇ ਮੈਂ ਪੂਰਾ ਨਾ ਉਤਰ ਸਕਾਂ ਵੀ ਸਭ ਤੋਂ ਵੱਧ ਜਿਹੜੇ ਏਡੀਓ ਹੈ ਚਾਹੇ ਏਈਓ ਹੈ ਤੁਸੀਂ ਰਿਕਾਰਡ ਵੀ ਚੈੱਕ ਕਰੋ ਸਭ ਤੋਂ ਵੱਧ ਐਤਕੀ ਉਹਨਾਂ ਨੇ ਨਰਮੇ ਦਾ ਖਿਆਲ ਰੱਖਿਆ ਗੇੜੇ ਮਾਰੇ ਜਿਹੜੀ ਗੁਲਾਬੀ ਸੁੰਡੀ ਵੀ ਹੈ ਉਹ ਤੁਸੀਂ ਇੱਕ ਵਾਰ ਮਾੜਾ ਜਿਹਾ ਧਿਆਨ ਕਰਕੇ ਦੇਖੋਗੇ ਤਾਂ ਆਪਣੇ ਚਲੋ ਕਿਸਮਤ ਆਪਣੀ ਮਾੜੀ ਦੀ ਵੀ ਹੌਲੀ ਹੌਲੀ ਪਹੁੰਚ ਗਈ ਪਰ ਐਤਕੀ ਰਾਜਸਥਾਨ ਵਾਲੇ ਪਾਸੋਂ ਚੱਲੀ ਪਹਿਲਾਂ ਅੱਗੇ ਕੀ ਹੁੰਦਾ ਸੀ ਤੁਸੀਂ ਦੇਖੋਗੇ ਵੀ ਆਪਣੇ ਪਹਿਲਾਂ ਪਏ ਮਤਲਬ ਜਿਹੜੀ ਗੱਲ ਮੈਂ ਦੱਸ ਰਿਹਾ ਹਾਂ ਉਹਦੇ ਕਰਕੇ ਬਾਈ ਜੀ ਵੀ ਆਪਾਂ ਨੂੰ ਤਾਂ ਦੇਖੋ ਆਪ ਕੋਈ ਇਸ ਗੱਲ ਚ ਖੁਸ਼ੀ ਤਾਂ ਹੈ ਵੀ ਕਿਸੇ ਕਿਸਾਨ ਭਰਾ ਦੀ ਫਸਲ ਮਰ ਜੇ ਹੌਲੀ ਹੌਲੀ ਕਰਕੇ ਗੁਲਾਬੀ ਸੁੰਡੀ ਆਪਣੇ ਹੋਰ ਵਾਲੇ ਪਾਸੋਂ ਐਤਕੀ ਆਈ ਸਭ ਤੋਂ ਵੱਧ ਐਤਕੀ ਏਡੀਓ ਮੈਂ ਮਤਲਬ ਵਿਚਾਰੇ ਨੂੰ ਉਹਨਾਂ ਨੂੰ ਵੀ ਚਾਹੇ ਮੁਲਾਜ਼ਮ ਹੈ ਮਤਲਬ ਜਿੱਡਾ ਕੁ ਉਹਨਾਂ ਦਾ ਲੈਵਲ ਸੀ ਉਹਨਾਂ ਦੇ ਵੀ ਧਨਵਾਦੀਆਂ ਵੀ ਐਤਕੀ ਸਭ ਤੋਂ ਵੱਧ ਉਹਨਾਂ ਨੇ ਕੋਸ਼ਿਸ਼ ਕੀਤੀ ਗੇੜੇ ਮਾਰੇ ਨਰਮੇ ਦਾ ਧਿਆਨ ਰੱਖਿਆ ਜਿਹੜੇ ਏਡੀਓ ਸਮਾਜਿਕ ਤੌਰ 'ਤੇ ਮਤਲਬ ਲੋਕਾਂ 'ਚ ਵਿਚਰਦੇ ਆ ਉਹਨਾਂ ਨੇ ਲੈਕਚਰ ਵੀ ਬੜੇ ਕੀਤੇ ਪਰ ਅਖੀਰ ਆਉਂਦੇ ਆਉਂਦੇ ਨਰਮੇ ਦਾ ਤੁਸੀਂ ਦੇਖਿਆ ਕੱਦ ਕਾਠ ਵੀ ਵਧੀਆ ਸਭ ਹੋਇਆ ਪਰ ਅਖੀਰ ਚਲੋ ਚਾਹੇ ਤੁਸੀਂ ਮਤਲਬ ਕੋਈ ਦਵਾਈ ਵੀ ਉਹ ਲਾ ਲਓ ਜਾਂ ਕੁਛ ਵੀ ਲਾ ਲਓ ਜਾਂ ਕਿਸਮਤ ਦੀ ਸਾਨੂੰ ਸਾਨੂੰ ਕਿਸੇ ਵੀ ਫਸਲ ਦਾ ਸਰਕਾਰ ਨੇ ਕਿਹਾ ਸੀ ਅਸੀਂ ਕਣਕ ਦਾ ਬੋਨਸ ਵੀ ਦੇਵਾਂਗੇ ਜੋ ਮੰਨ ਲਓ ਕਣਕ ਤੇ ਠੀਕ ਹੈ ਜੋ ਸਾਡੇ ਪਿੰਡ ਦੇ ਵਿੱਚ ਤਾਂ ਖਤਮ ਹੈ 100% ਕਣਕ ਖਤਮ ਹੈਗੀ ਕਰਮਗੜ੍ਹ ਛਤਰਾਂ ਦੇ ਵਿੱਚ 1100 ਕਿੱਲਾ ਸਾਰੀ ਖਤਮ ਹੈ ਆ ਨਾਲ ਵਿਰਕ ਖੁਰਦ ਪਿੰਡ ਹੈ ਮੇਰੇ ਕੋਲ 65,000 ਨੂੰ ਠੇਕੇ ਤੇ ਅਸੀਂ ਜਾ ਕੇ ਵੇਖ ਲਓ ਮੈਂ ਤਾਂ ਕਹਿਣਾ ਐਂ ਕਰੋ ਭਗਵੰਤ ਮਾਨ ਦੀ ਸਰਕਾਰ ਆ ਗਈ ਟਰਾਲੀਆਂ ਲਿਆਵੇ ਬਾਈ ਜੀ ਮੇਰੀ ਇੱਕ ਮਿੰਟ ਗੱਲ ਭੱਲਾ ਆਇਆ ਸੀਗਾ ਭੱਲੇ ਨੇ ਨਾ ਕਾਰ ਦੀ ਟਾਕੀ ਮਗਰੋਂ ਉਡਾਈ ਸੀ ਤੇ ਪਹਿਲਾਂ ਇਹ ਤਾੜੀ ਮਾਰ ਕੇ ਹੱਸਿਆ ਸੀਗਾ ਕਣਕ ਦੇ ਕੇ ਵੀਰੇ ਦੀ ਗੱਲ ਕਰਨ ਲੱਗੇ ਹੁਣ ਤੁਸੀਂ ਬਾਈ ਜੀ ਮੈਟਰੀ ਵਾਲੇ ਨੇ
ਗਰਦੌਰੀ ਹੋਈ ਜਾਂਦੀ ਹੈ ਮਤਲਬ ਦੇਣੀ ਤੁਸੀਂ ਸਾਨੂੰ ਕਿੱਲੇ ਦਾ ਲਾਣ ਭਗਵੰਤ ਮਾਨ ਤਾਂ ਕਹਿੰਦੇ ਮੈਂ ਬੱਕਰੀ ਦਾ ਵੀ ਦੇਊਂਗਾ, ਕੁਕੜੀ ਦਾ ਵੀ ਦੇਊਂਗਾ। ਇੱਕ ਮਿੰਟ ਬਾਈ ਜੀ, ਭਗਵੰਤ ਮਾਨ ਸਰਕਾਰ ਨੇ ਰਾਹ ਬਣਾਤਾ ਇੱਕ ਐਡ ਤੇ ਕਿ ਗਰਦੌਰੀਆਂ ਕੀਤੀਆਂ ਜਾਂ ਖਰਾਬ ਹੋਈਆਂ ਨੇ। ਗਰਦੌਰੀ ਤਾਂ ਤੀਜੇ ਮਹੀਨੇ ਬਾਈ ਸਾਹਿਬ ਜੀ ਰਾਹ ਖੋਲੇ, ਬਾਈ ਸਾਹਿਬ ਹੋਰ ਨਤੀਜੇ ਮਹੀਨੇ ਬਾਈ ਸਾਹਿਬ ਜੀ ਪੈਸੇ ਹੀ ਹੁੰਦੀ ਆ ਹਣੀ ਪੈਸੇ ਆੜੀ ਸਮਝ ਨਹੀਂ ਹੁੰਦੀ ਹੈ ਜੀ। ਬਾਈ ਜੀ ਗਰਦੌਰੀ ਤਾਂ ਬਾਈ ਜੀ ਤੁਸੀਂ ਐ ਕਰੋ ਫੋਨ ਲਾਓ, ਜਿਹੜੇ ਨੇ ਕਣਕ ਮਰੀ ਸੀ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਹੀਂ। ਸਾਡੇ ਜਾ ਕੇ ਦੇਖੋਗੇ ਮੈਕਸੀਮਮ ਬੰਦਿਆਂ ਨੂੰ ਮਿਲਿਆ ਕੋਈ ਕੋਈ ਪਿਛਲੇ ਥੋਡੀ ਗਲਤ ਗੱਲ ਹੈ। ਨਹੀਂ ਨਹੀਂ ਬਾਈ, ਬਾਈ ਨੇ ਪਿਛਲੇ ਦੀ ਸ਼ੁਰੂ ਕਰ ਲਈ, ਤੁਸੀਂ ਜਵਾਬ ਦੇਣਾ ਬਾਈ ਕਹਿੰਦਾ ਪਿਛਲੇ ਦੀ ਗੱਲ ਸੁਣੋ।